ਤੁਸੀਂ ਦੇਖ ਰਹੇ ਹੋ ਨਕੋਦਰ ਨਿਊਜ਼ ਰਿਪੋਰਟ ਤੇ ਮੈਂ ਹਰਦੀਪ ਸਿੰਘ। ਤਕਰੀਬਨ 2 ਦਿਨ ਪਹਿਲਾਂ ਇੱਕ ਅਸੀਂ ਖਬਰ ਨਸ਼ਰ ਤੁਹਾਡੇ ਸਾਹਮਣੇ ਕੀਤੀ ਸੀ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਸੀ। ਪਾਣੀ ਕੋਈ ਜ਼ਿਆਦਾ ਨਹੀਂ ਸੀ ਪਰ ਜੋ ਪਾਣੀ ਘਰ ਆਇਆ ਜ਼ਰੂਰ ਸੀ, ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਕੇ ਫੋਰਮ ਫੈਲਾਈਆਂ ਜਾ ਰਹੀਆਂ ਪਾਣੀ ਛੱਡਿਆ ਜਾ ਚੁੱਕਿਆ, ਦਰਿਆ ਸਤਲੁਜ ਕਾਫੀ ਜ਼ਿਆਦਾ ਪਾਣੀ ਆ ਰਿਹਾ। ਪਰ ਅਸੀਂ ਇਸ ਵਕਤ ਦਰਿਆ ਦੇ ਬਿਲਕੁਲ ਕਿਨਾਰੇ 'ਤੇ ਮੌਜੂਦ ਹਾਂ, ਜੋ ਤਾਜ਼ਾ ਹਾਲਾਤ ਨੇ, ਇਸ ਪਾਣੀ ਜੋ ਹੈ ਇੱਕ ਉੱਤਰ ਚੁੱਕਿਆ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜੋ ਪਾਣੀ ਸੀ, ਪਹਿਲਾਂ 2 ਦਿਨ ਅਸੀਂ ਖਬਰ ਚਲਾਈ ਸੀ ਪਾਣੀ ਦਰਿਆ ਦਾ ਚੜ੍ਹਿਆ ਸੀ, ਉਸ ਤੋਂ ਬਾਅਦ ਪਾਣੀ ਇੱਕ ਵਾਰ ਫਿਰ ਘੱਟ ਚੁੱਕਿਆ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਵੀ ਥੋੜ੍ਹੀ ਘੱਟ ਹੈ, ਔਰ ਪਾਣੀ ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਲੇਵਲ ਜ਼ਿਆਦਾ ਸੀ, ਉਸਦਾ ਲੇਵਲ ਵੀ ਘੱਟ ਚੁੱਕਿਆ। ਕਿਉਂਕਿ ਮੈਂ ਫਿਰ ਦੱਸ ਦਵਾਂ ਕਿ ਸੋਸ਼ਲ ਮੀਡੀਆ ਦੇ ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ। ਪੁਰਾਣੀਆਂ ਜੋ ਵੀਡੀਓ ਸੀ ਉਦੋਂ ਪਿਛਲੀ ਵਾਰ ਇਸੀ ਟਾਈਮ ਦੇ ਵਿੱਚ ਪਾਣੀ ਆਇਆ ਸੀ, ਤਾਂ ਉਹ ਵੀਡੀਓ ਅਪਲੋਡ ਕੀਤੀਆਂ ਜਾ ਰਹੀਆਂ ਕਿ ਦਰਿਆ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ, ਖਤਰਾ ਹੈ, ਕਈ ਪਿੰਡ ਖਾਲੀ ਕਰਾ ਦਿੱਤੇ ਗਏ ਹੈ। ਪਰ ਜੋ ਤਾਜ਼ਾ ਹਾਲਾਤ ਨੇ ਸਾਡੀ, ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝੀ ਕਿ ਤੁਹਾਨੂੰ ਦਿਖਾਇਆ ਜਾਵੇ ਅਫਵਾਹ ਨਾ ਫੈਲਾਈਆਂ ਜਾਣ। ਉਹ ਅਸੀਂ ਦਰਿਆ ਸਤਲੁਜ ਦੇ ਕਿਨਾਰੇ 'ਤੇ ਖੜ੍ਹੇ ਹਾਂ, ਪਾਣੀ ਇੰਨਾ ਜ਼ਿਆਦਾ ਨਹੀਂ ਹੈ। ਪਰਸੋਂ ਦੀ ਗੱਲ ਹੈ ਕਿ ਪਾਣੀ ਚੜ੍ਹਿਆ ਸੀ, ਉਸ ਤੋਂ ਬਾਅਦ ਪਾਣੀ ਦਾ ਚੜ੍ਹਾਅ ਜੋ ਘੱਟ ਚੁੱਕਿਆ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜੋ ਪਾਣੀ ਹੈ, ਪਾਣੀ ਘੱਟ ਹੈ। ਪਰ ਇੱਕ ਵਾਰ ਇੱਥੇ ਤੁਹਾਨੂੰ ਗੱਲ ਜ਼ਰੂਰ ਦੱਸ ਦੇਵਾਂ ਕਿ ਕਈ ਥਾਵਾਂ 'ਤੇ ਜੋ ਢਾਅ ਜ਼ਰੂਰ ਲੱਗਿਆ, ਯਾਨੀ ਕਿ ਖੋਰਾ ਲੱਗਿਆ ਹੋਇਆ, ਸਾਈਡਾਂ ਤੋਂ ਜੋ ਕਿਨਾਰੇ ਡਿੱਗ ਡਿੱਗ ਕੇ ਦਰਿਆ ਦੇ ਅੰਦਰ ਸਮਾਉਂਦੇ ਜਾ ਰਿਹਾ ਹੈ। ਇਹ ਥਾਂ ਜੋ ਕਈ ਥਾਵਾਂ ਤੋਂ ਹੈ, ਕਈ ਥਾਵਾਂ ਤੋਂ ਅਜਿਹੀ ਢਾਅ ਲੱਗੀ ਹੈ। ਕਹਿੰਦੇ ਆ ਕਿ ਜਦੋਂ ਦਰਿਆ ਦਾ ਪਾਣੀ ਉੱਤਰਦਾ ਹੈ ਜਾਂ ਚੜ੍ਹਦਾ ਹੈ ਤਾਂ ਉਦੋਂ ਢਾਅ ਲੱਗ ਜਾਂਦੀ, ਜਿਸ ਦੇ ਕਾਰਨ ਮਿੱਟੀ ਦਰਿਆ ਦੇ ਵਿੱਚ ਡਿੱਗਣ ਲੱਗ ਜਾਂਦੀ ਹੈ। ਕੁਝ ਹੀ ਮਹਿਜ਼ ਦੂਰੀ ਦੇ ਉੱਪਰ ਇੱਕ ਰਿੰਗ ਬਣਨਾ। ਹਾਂ, ਜੇਕਰ ਜ਼ਿਆਦਾ ਪਾਣੀ ਆਉਂਦਾ ਤਾਂ ਨੁਕਸਾਨ ਹੋ ਸਕਦਾ, ਕਿਉਂਕਿ ਜੋ ਅੱਗੇ ਰਿੰਗ ਬਣਨਾ ਉਸ ਨੂੰ ਵੀ ਖੋਰਾ ਲੱਗ ਸਕਦਾ। ਪਰ ਫਿਲਹਾਲ ਜੋ ਪਾਣੀ ਦਰਿਆ ਦੇ ਵਿੱਚ ਹੈ, ਕੰਟਰੋਲ ਦੇ ਵਿੱਚ ਪਾਣੀ ਹੈ, ਥੋੜ੍ਹਾ ਪਾਣੀ ਚੱਲ ਰਿਹਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਅਜੇ ਨਹੀਂ ਕਿਹਾ ਜਾ ਸਕਦਾ, ਇੱਦਾਂ ਨਹੀਂ ਕਿਹਾ ਜਾ ਸਕਦਾ ਕਿ ਪਾਣੀ ਆਵੇਗਾ। ਪ੍ਰਸ਼ਾਸਨ ਦੇ ਵੱਲੋਂ ਵੀ ਅਜੇ ਕੁਝ ਨਹੀਂ ਦੱਸਿਆ ਗਿਆ ਕਿ ਪਾਣੀ ਕਿੰਨਾ ਜਾਂ ਪਾਣੀ ਹੋਰ ਆਉਣ ਵਾਲਾ। ਪਰ ਇੱਕ ਗੱਲ ਤੁਸੀਂ ਸਾਰੇ ਜਾਣਦੇ ਹਾਂ ਕਿ ਪਹਾੜੀ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਹੈ, ਜਿਸਦਾ ਅਨੁਮਾਨ ਅਸੀਂ ਲਗਾ ਸਕਦੇ ਹਾਂ ਕਿ ਪਾਣੀ ਆ ਸਕਦਾ। ਪਰ ਡੈਮਾਂ ਦੀ ਜੋ ਸਥਿਤੀ ਹੈ ਉਸ ਬਾਰੇ ਅਜੇ ਕੁਝ ਨਹੀਂ ਦੱਸਿਆ ਜਾ ਸਕਦਾ, ਕੋਈ ਪ੍ਰਸ਼ਾਸਨ ਨੇ ਵੀ ਅਜੇ ਕੁਝ ਦੱਸਿਆ ਨਹੀਂ ਹੈ। ਪਾਣੀ ਕਿੰਨਾ ਕੁ ਦਰਿਆ 'ਚ ਚੱਲ ਰਿਹਾ, ਇੰਨੇ ਪਾਣੀ ਦਾ ਕੋਈ ਵੀ ਖਤਰਾ ਨਹੀਂ ਹੈ, ਕਿਉਂਕਿ ਬਿਲਕੁਲ ਦਰਿਆ ਦੇ ਅੰਦਰ ਹੀ ਪਾਣੀ ਚੱਲ ਰਿਹਾ। ਹਾਂ, ਜਦੋਂ ਪਰਸੋਂ ਪਾਣੀ ਆਇਆ ਸੀ ਤਾਂ ਉਦੋਂ ਲੱਗਦਾ ਸੀ ਕਿ ਪਾਣੀ ਕਾਫੀ ਜ਼ਿਆਦਾ ਵਧੇਗਾ, ਪਰ ਫਿਲਹਾਲ ਪਾਣੀ ਉੱਤਰ ਚੁੱਕਿਆ ਹੈ। ਇੱਕ ਖਬਰ ABP ਸਾਂਝਾ ਦੀ ਕਈ ਵਾਰ ਤੋੜ ਮਰੋੜ ਕੇ ਪੇਸ਼ ਕੀਤੀ ਜਾ ਰਹੀ ਹੈ, ਸੋਸ਼ਲ ਮੀਡੀਆ 'ਤੇ ਪਾਈ ਜਾ ਰਹੀ ਹੈ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ, ਕਈ ਪਿੰਡ ਖਾਲੀ ਕਰਵਾ ਦਿੱਤੇ ਗਏ ਹੈ। ਇਹ ਖਬਰ ਬਿਲਕੁਲ ਝੂਠੀ ਹੈ। ਇੱਕ ਵਾਰ ਫਿਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਦਰਿਆ ਦੇ ਵਿੱਚ ਪਾਣੀ ਹੈ, ਸੀਮਿਤ ਪਾਣੀ ਹੈ, ਪਾਣੀ ਚੱਲ ਰਿਹਾ, ਪਾਣੀ ਸਾਫ਼ ਹੈ। ਕੋਈ ਫੈਕਟਰੀਆਂ ਦਾ, ਕਈ ਲੋਕਡਾਊਨ ਹੋਣ ਤੋਂ ਬਾਅਦ ਫੈਕਟਰੀਆਂ ਦਾ ਪਾਣੀ ਵਿੱਚ ਪਾਣੀ ਹਟ ਗਿਆ ਸੀ। ਉਸ ਤੋਂ ਬਾਅਦ ਜੋ ਤਾਜ਼ਾ ਹਾਲਾਤ ਨੇ, ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਕੰਟਰੋਲ ਦੇ ਵਿੱਚ, ਥੋੜ੍ਹਾ ਪਾਣੀ ਚੱਲ ਰਿਹਾ। ਜੇਕਰ ਦਰਿਆ ਦੇ ਵਿੱਚ ਇੰਨਾ ਹੀ ਪਾਣੀ ਚੱਲਦਾ ਹੈ ਤਾਂ ਉਸਦਾ ਕੋਈ ਖਤਰਾ ਨਹੀਂ ਹੈ। ਸੋਸ਼ਲ ਮੀਡੀਆ 'ਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਪਾਣੀ ਲੈ ਕੇ, ਉਸ ਤੋਂ ਬਚੋ। ਜੋ ਤਾਜ਼ੀ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਹੈ, ਤੁਸੀਂ ਇਹ ਝੂਠੀਆਂ ਅਫਵਾਹਾਂ ਤੋਂ ਬਚੋ। ਜਦੋਂ ਵੀ ਕੋਈ ਤਾਜ਼ਾ ਅਪਡੇਟ ਆਉਂਦੀ ਹੈ ਦਰਿਆ ਦੇ ਸੰਬੰਧ ਦੇ ਵਿੱਚ, ਜੇਕਰ ਪਾਣੀ ਜ਼ਿਆਦਾ ਵੱਧਦਾ ਹੈ ਜੇ ਘੱਟਦਾ, ਅਸੀਂ ਤਾਜ਼ਾ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾ ਪਰਸਨ ਹਰਪਾਲ ਦੇ ਨਾਲ ਹਰਦੀਪ ਸਿੰਘ, ਨਕੋਦਰ ਨਿਊਜ਼ ਰਿਪੋਰਟ, ਦਰਿਆ ਸਤਲੁਜ।